स्वागत है किसान वीरो तुहाडा सिरक डेयरी फार्मिंग दे विच। किसान वीरो अज जिहड़ी वीडियो बना रहे हैं पिंड डरोली भाई, डरोली भाई जिहड़ा पिंड आ दोस्तों ये मोगे जिले का है, मोगे दे नेड़े ही आ, बहुता दूर नहीं गा, मशहूर पिंड आ, वड्डे पिंडां च गिणती हुंदी है डरोली भाई दी। अज जिहड़ी वीडियो बना रहे हैं उहदे च इक ये माली ये झोटा बाई जी उन्होंने विकाऊ किया नीली रावी नसल का, यदि माँ भी बाई जी उन्होंने कोल है, चंगे दुध वाली मज दसते हैं, तोकड़ गबण है, डिटेल पुछ लाँगे ये बारे भी हूँ कि दुध दे रही है यदा यह बच्चा जिहड़ा बाई जी उन्होंने विकाऊ किया चंगे बुल का, सो ये बारे डिटेल पुछते हैं। वीडियो एंड तक देख लियो, जिन्हों चंगा लगेगा दोस्तों आके आपकी तसली करो, गलबात बाई जी उन्होंने करके तुम खरीद सकोगे, नंबर वीर का जो स्क्रीन उत्ते चलूगा, आओ बाई ने गलबात करते हैं। ਵੀਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੀ ਵੀਰ ਆਪਣਾ? ਨਾਮ ਦਿਲਪ੍ਰੀਤ ਜੀ। ਠੀਕ ਹੈ ਦਿਲਪ੍ਰੀਤ ਬਾਈ, ਸ਼ੌਂਕ ਵਜੋਂ ਹੀ ਰੱਖੇ ਲੱਗਦੇ ਆ? ਸ਼ੌਂਕ ਵਜੋਂ ਰੱਖਿਆ ਹੋਇਆ। ਠੀਕ ਹੈ। ਅੱਛਾ ਕਿੰਨੀ ਕੁ ਉਮਰ ਹੋ ਗਈ ਬਾਈ ਇਹਦੀ? ਇਹ ਦੋ ਦੰਦ ਹੋ ਗਏ ਜੀ। ਦੋ ਦੰਦ ਹੋ ਗਿਆ। ਜਿਹੜੀ ਮੱਝ ਇੱਧਰ ਪਰਲੇ ਪਾਸੇ ਖੜੀ ਉਹਦਾ ਹੀ ਬੱਚਾ ਨਾ ਇਹ? ਹਾਂਜੀ ਉਹਦਾ ਬੱਚਾ ਜੀ। ਕਿੰਨਾ ਕੁ ਦੁੱਧ ਬਾਈ ਮੱਝ ਥੱਲੇ ਹੈਗਾ? ਜੀ ਜਦੋਂ ਦਾ ਸੂਈ ਹੁੰਦੀ ਆ ਤਾਂ 14 ਪਲੱਸ ਹੀ ਜਾਂਦਾ ਦੁੱਧ। ਤਾਜੀ ਸੂਈ ਦਾ 14 ਕਿਲੋ ਤੋਂ ਬਾਹਰ? ਬਾਹਰ ਜਾਂਦਾ ਜੀ। ਠੀਕ ਹੈ। ਹੁਣ? ਤੇ ਹੁਣ 10 11 ਕਿਲੋ ਹੋਊਗਾ। 10 11 ਕਿਲੋ ਹੁਣ ਵੀ ਹੈਗਾ? ਹਾਂਜੀ। ਗੱਬਣ ਹੋ ਗਈ ਕਿ ਖਾਲੀ ਹੈ? ਹਾਂਜੀ ਗੱਬਣ ਹੋਈ ਹੈ। ਗੱਬਣ ਵੀ ਹੈ ਨਾਲ? ਤੋਕੜ ਗੱਬਣ 10 11 ਕਿਲੋ ਹੁਣ ਵੀ ਦੇ ਰਹੀ ਹੈ? ਹਾਂਜੀ। ਅੱਛਾ ਜਿਹਨੇ ਕੱਟਾ ਖਰੀਦਣਾ ਮੱਝ ਚੋ ਕੇ ਦੇਖ ਸਕਦਾ? ਦੇਖ ਸਕਦਾ। ਅੱਛਾ ਇਹਦਾ ਪਿਓ ਕਿਹੜਾ ਸਾਨ ਹੈ? ਇਹਦਾ ਜੀ ਕੋਹੇਨੂਰ। ਕੋਹੇਨੂਰ ਚੂੜ ਚੱਕ ਵਾਲਾ? ਹਾਂਜੀ। ਠੀਕ ਹੈ। ਰੇਟ ਇਹਦਾ ਕੀ ਰੱਖਿਆ ਵੀਰ? ਰੇਟ ਜੀ ਆਪਾਂ ਫੋਨ ਤੇ ਕਰਾਂਗੇ। ਖੋਲੀ ਨੂੰ ਮੜੇ ਤੋਰੀਏ ਦੋਸਤੋ, ਦੋ ਦੰਦ ਹੋ ਗਿਆ ਕੋਹੇਨੂਰ ਦਾ ਬੱਚਾ, ਚੂੜ ਚੱਕ ਵਾਲੇ ਬਾਈ ਬੂਟੇ ਕੋਲ ਆਇਆ ਦੋਸਤੋ ਕੋਹੇਨੂਰ, ਤੇ ਉਸੇ ਸਾਨ ਦੀ ਧੀ ਬਾਈ ਪਿੰਦੀ ਨੇ ਚਵਾਈ ਸੀਗੀ, ਸ਼ਾਇਦ ਧਿਆਨ ਚ ਹੋਵੇ ਆਪਣੇ ਚੈਨਲ ਤੇ ਵੀ ਲਾਈਵ ਹੋਏ ਸੀ, ਪਹਿਲਾਂ ਹੀ 17 ਕਿਲੋ ਦੁੱਧ ਦੇ ਗਈ ਸੀ ਦੋ ਦੰਦ ਝੋਟੀ। ਸੋ ਉਸ ਕੋਹੇਨੂਰ ਦਾ ਇਹ ਬੱਚਾ, ਸ਼ੌਂਕ ਵਜੋਂ ਦੋਸਤੋ ਪਸ਼ੂ ਘਰੇ ਦੋ ਕੀ ਰੱਖਿਆ ਬਾਈ ਕੋਲ ਤੇ ਚੰਗਾ ਸੰਭਾਲਿਆ, ਜਿਹੜਾ ਵੀਰ ਖਰੀਦਣਾ ਚਾਹੇ। ਮਾਂ ਦਾ ਦੁੱਧ 14 ਕਿਲੋ ਤੋਂ ਬਾਹਰ ਹੁੰਦਾ ਜਦੋਂ ਤਾਜ਼ੀ ਸੁਣਦੀ ਹੈ, 14 ਸਾਢੇ 14 ਕਿਲੋ ਇਸ ਟਾਈਮ ਤੋਕੜ ਗੱਭਣ ਹੈ, 10 ਕਿਲੋ ਤੋਂ ਬਾਹਰ ਦੁੱਧ ਇਸ ਟਾਈਮ ਵੀ ਹਾਜ਼ਰ ਹੈ। ਥੋੜ੍ਹਾ ਜਿਹਾ ਲੰਬਾ ਤੋਰ ਚਾਰੇ ਖੁਰ ਧੋਤੇ ਵੇ, ਵਾਈਟ ਨਿਸ਼ਾਨ ਚਾਰਾਂ ਖੁਰਾਂ ਦੇ ਉੱਤੇ, ਸਟਰਕਚਰ ਬਹੁਤ ਸੋਹਣਾ, ਦੋ ਦੰਦ ਹੋ ਗਿਆ, ਸਾਫ਼ ਸੁਥਰਾ ਅੰਗ ਆ ਪੈਰਾਂ ਦਾ ਦੱਸੋ, ਬਿਲਕੁਲ ਦੇਖ ਸਕਦੇ ਹੋ ਤੁਸੀਂ, ਸੁਬਾਹ ਦੇ ਟਾਈਮ ਵੀਡੀਓ ਬਣਾ ਰਹੇ ਹਾਂ। ਸੋ ਚੰਗਾ ਸੋਹਣਾ ਸਾਂਭਿਆ ਹੋਇਆ ਝੋਟਾ, ਸੋਹਣਾ ਕੱਟਾ, ਜਿਹੜਾ ਵੀਰ ਖਰੀਦਣਾ ਚਾਹੇ ਬਾਈ ਨੂੰ ਕਾਲ ਕਰ ਲਿਓ। ਸਿੰਘ ਬਿਲਕੁਲ ਕੁੰਡੇ ਕਰ ਗਿਆ, ਨਾਲ ਹੀ ਜੋੜੇ ਹੋਏ ਆ, ਤੁਹਾਨੂੰ ਸਿੰਘ ਵੀ ਦਿਖਾ ਦੂੰਗਾ, ਬਾਡੀ ਪੰਤਰ ਵੀ ਜੇ ਦੇਖਦੇ ਹਾਂ ਤਾਂ ਕੱਟੇ ਦੀ ਕਾਫ਼ੀ ਸੁਨੱਖੀ ਹੈ, ਦੇਖ ਸਕਦੇ ਹੋ ਇਹਦਾ ਤੁਸੀਂ ਬਿਊਟੀ ਵਾਲਾ ਕੱਟਾ ਦੱਸੋ, ਬਿਲਕੁਲ ਕੁੰਡੇ ਸਿੰਘ, ਛੋਟਾ ਸਿੰਘ ਰੱਖਿਆ ਅਤੇ ਜਮਾਂ ਹੀ ਨਾਲ ਮੋੜ ਗਿਆ। ਸੋ ਇਹ ਕੋਹੇਨੂਰ ਦਾ ਬੱਚਾ, ਚੂੜ ਚੱਕ ਵਾਲੇ ਕੋਹੇਨੂਰ ਦਾ, ਸਾਫ਼ ਸੁਥਰਾ ਹੇਠੋਂ ਪੂਰਾ, ਤੁਸੀਂ ਦੇਖ ਸਕਦੇ ਹੋ ਰਿੰਗ ਵਾਲਾ ਕੰਪੀਟੀਸ਼ਨ ਲੜਨ ਵਾਲਾ ਝੋਟਾ। ਅਤੇ ਇਹਦੀ ਮਾਂ ਤੁਹਾਨੂੰ ਮੈਂ ਦੁਬਾਰਾ ਦਿਖਾ ਦਿਆਂ ਦੱਸੋ, ਦੁੱਧ ਬਾਈ ਜੀ ਹੋਰਾਂ ਕੋਲ ਇਸ ਟਾਈਮ ਵੀ ਤੋਕੜ ਕੱਪਣ ਦਾ 10 ਕਿਲੋ ਤੋਂ ਬਾਹਰ ਹੈ, 11 ਕਿਲੋ ਵਾਂਗੂ ਕਰਦੀ ਹੈ। ਸੁਬਾਹ ਹੀ ਵੀਡੀਓ ਆ, ਤੁਹਾਨੂੰ ਧੁੱਪ ਤੋਂ ਆਈਡੀਆ ਹੋਜੂਗਾ, ਸਾਹਮਣੇ ਸੂਰਜ ਪੈ ਰਿਹਾ, ਚਵਾਈ ਹੋਈ ਵੀ ਹੈ ਪਰ ਥਣ ਹਵਾਨਾ ਤੁਸੀਂ ਹੁਣ ਵੀ ਦੇਖੋਗੇ ਦੱਸਦਾ। ਸੋ ਇਸ ਮੱਝ ਦਾ ਦੱਸੋ ਬੱਚਾ ਜਿਹੜਾ ਵੀਰ ਨੇ ਵੇਚਣਾ, ਹਵਾਨਾ ਜੇ ਤੁਸੀਂ ਦੇਖੋ ਤਾਂ ਹੁਣ ਵੀ ਚਵਾਈ ਤੋਂ ਬਾਅਦ 'ਚ ਵੀ ਜਿਹੜਾ ਉਹ ਚੰਗਾ ਦਿਖਾ ਰਹੀ ਹੈ, ਆਈਡੀਆ ਹੁੰਦਾ ਹੋਊਗਾ ਤੁਹਾਨੂੰ ਹਵਾਨਾ ਦੇਖ ਕੇ ਇਹਦੇ ਦੁੱਧ ਦਾ। ਸੋ ਇਸ ਮੱਝ ਦਾ ਬੱਚਾ ਵਿਕਾਊ ਹੈ, ਟਾਈਮ ਜੇ ਤੁਹਾਨੂੰ ਦਿਖਾਵਾਂ ਦੋਸਤੋ ਤਾਂ 8:13 ਹੋ ਗਏ ਆ, ਸੁਬਹ ਹੀ ਵੀਡੀਓ ਬਣਾ ਰਿਹਾ ਇਸ ਲਈ ਟਾਈਮ ਦਿਖਾਇਆ ਵੀ ਮੱਝ ਦਾ ਹਵਾਨਾ ਇਸ ਟਾਈਮ ਝਾੜਿਆ ਵਿਆ, ਸੁਬਹਾ ਦੀ ਚਵਾਈ ਹੋਈ ਵੀ ਹੈ। ਜਿਹਨੇ ਮਾਲੀ ਖਰੀਦਣਾ ਹੈ, ਕੱਟਾ ਖਰੀਦਣਾ, ਬੇਸ਼ੱਕ ਉਹ ਮੱਝ ਚੋ ਕੇ ਵੀ ਦੇਖ ਲਏ, ਦੁੱਧ ਉਹਨੂੰ ਇੰਨਾ ਮਿਲ ਜੂਗਾ। ਧੰਨਵਾਦ ਵੀਡੀਓ ਦੇਖਣ ਲਈ।